ਇੱਥੇ ਪੂਰੇ ਪੰਜਾਬ ਦੀ ਮੱਕੀ ਦਾ ਜਿਗਾੜ ਆਇਆ ਪਿਆ ਤਹਿਸੀਲ ਤਿਸ਼ਤੀਆਂ ਦੇ ਵਿੱਚ, ਮੱਕੀ ਇੱਥੇ ਜੀ ਮੇਰੇ ਸ਼ਹਿਰ ਚਿਸ਼ਤੀਆਂ ਦੇ ਵਿੱਚ ਇਸਲਾਮੀ ਕੰਡੇ ਦੇ ਬੈਕ ਸਾਈਡ 'ਤੇ ਮੱਕੀ ਦਾ ਕੋਈ ਬੜਾ ਵੱਡਾ ਸਟਾਕ ਲੱਗ ਰਿਹਾ ਜੀ। ਇਹ ਪਤਾ ਨਹੀਂ ਕੋਈ ਵਪਾਰੀ ਖਰੀਦ ਰਿਹਾ ਜਾਂ ਕੋਈ ਗੋਦਾਮ ਦੇ ਵਿੱਚ ਸਟਾਕ ਹੋ ਰਹੀ। ਪੂਰੀ ਤਹਿਸੀਲ ਚਿਸ਼ਤੀਆਂ ਦੀ ਮੱਕੀ ਇੱਥੇ ਆਈ ਹੈ। ਦਿਲ ਦੇ ਟੁੱਟੇ ਚਿਸ਼ਤੀਆਂ ਇੱਕ ਲਾ ਕੇ ਵਾਪਸ ਆ ਗਏ ਸੀ। ਫਿਰ ਜੱਗ ਕੀਤਾ ਆਪਾਂ ਨਾਸ਼ਤਾ, ਨਾਸ਼ਤਾ ਕਰਕੇ ਬੱਠੇ 'ਤੇ ਆਏ। ਉੱਥੇ ਤੋਂ ਗਲੇ ਸਾਫ਼ ਕਰਨੇ ਸੀਗੇ ਖੇਰੀ ਦੇ, ਬੱਠੇ ਦੇ ਉਹ ਸਾਫ਼ ਕੀਤੇ ਕਰਕੇ ਅਤੇ ਮੈਂ ਕਿਹਾ ਚੱਲ ਰੂਸੀ ਫਰੰਟ ਬਲੇਡ ਵਾਲਾ ਅਤੇ ਮੈਸੀ ਫਰਗੋਸ਼ਨ 240 ਉਹਨਾਂ ਨੂੰ ਸਰਵਿਸ ਕਰਵਾਉਣੀ ਸੀ। ਆਠ ਚੱਕ ਆਏ ਜੱਟਾਂ ਵਾਲੇ ਜੀ ਆਪਣੇ ਡੈਕ 'ਤੇ, ਰੂਸੀ ਸਰਵਿਸ ਕਰਾ ਕੇ ਫਿਰ ਆਪਾਂ ਕਰਾਉਣਾ ਮੈਸੀ ਲਿਆ ਕੇ ਸਰਵਿਸ। ਮੈਂ ਹਾਂ ਦੋਸਤਾਂ ਨਾਲ ਸ਼ੇਅਰ ਕਰੀਏ। ਤਾਂ ਬਸ ਸੁਬਹਾ ਸੁਬਹਾ ਜਿਹੜਾ ਸਾਂਝਰੇ ਨਿਕਲ ਗਿਆ ਸੀਗਾ ਇੱਟਾਂ ਲੈ ਕੇ, ਉੱਧਰੋਂ ਆਇਆ ਵਾਪਸ। ਤਾਂ ਹੁਣ ਮੈਂ ਕਿਹਾ ਵੀ ਚਲੋ ਇਹਨਾਂ ਟਰੈਕਟਰਾਂ ਨੂੰ ਅੱਜ ਸਵਾਰ ਸਵੂਰ ਲਈਏ, ਸਾਫ਼ ਕਰ ਲਈਏ। ਤਾਂ ਬਾਈਜਾਨ ਉਹ ਸਰਵਿਸ ਕਰ ਰਹੇ ਨੇ, ਡੀਜ਼ਲ ਮਾਰ ਰਹੇ ਨੇ ਫਿਲਹਾਲ। ਬਾਕੀ ਜਿਹੜਾ ਡਿਟੇਲ ਤੁਹਾਡੇ ਨਾਲ ਦਿੱਤੀ ਜਾਏਗੀ। ਕੱਲ੍ਹ ਦਾ ਸਾਡਾ ਪਰਸੋਂ ਦਾ ਇੱਕ ਨੁਕਸਾਨ ਹੋਇਆ ਸੀ, ਸੋਲਰ ਪਲੇਟਾਂ ਡਿੱਗ ਪਈਆਂ ਸੀਗੀਆਂ ਛੱਤ ਤੋਂ, ਟੁੱਟ ਗਈਆਂ ਸੀਗੀਆਂ। ਆਹ ਮਾਸ਼ਾਅੱਲਾ ਸਾਡੇ ਪਿੱਲਰ ਬਚ ਗਏ ਨੇ, ਬੜੇ ਮਾਸ਼ਾਅੱਲਾ ਮਜ਼ਬੂਤ ਪਿੱਲਰ ਬਣੇ ਨੇ, ਬੜਾ ਮਜ਼ਬੂਤ ਕੰਮ ਕੀਤਾ ਗਿਆ। ਇਸ 'ਤੇ ਚੱਕੀ ਚੁੱਕੀ ਚੱਲਦੀ ਹੈ, ਡੈਗ ਵੀ ਚੱਕੀ ਇਸੇ ਪਲੇਟਾਂ 'ਤੇ ਚੱਲ ਰਿਹਾ। ਉਸ ਤੋਂ ਬਾਅਦ ਚੱਕੀ ਜਿਹੜੀ ਇਹ ਵੀ ਪਲੇਟਾਂ 'ਤੇ ਚੱਲ ਰਹੀ ਹੈ, ਟੂਵੈਲ ਵੀ ਚੱਲ ਰਿਹਾ, ਸਾਰਾ ਨਿਜ਼ਾਮ ਚੱਲਦਾ ਪਿਆ। ਤੋ ਜੀ ਬਾਈ ਜਾਨ ਮਾਸ਼ਾਅੱਲਾ ਮੋਟਰ ਚੈੱਕ ਕਰੋ, 2008 ਮਾਡਲ। ਸਰਵਿਸ ਡੈਗ 'ਤੇ ਪਹੁੰਚੇ ਹਾਂ ਆਪਾਂ, ਸਰਵਿਸ ਕਰਾ ਕੇ ਅਤੇ ਫਿਰ ਆਪਾਂ ਲਿਆਉਂਦੇ ਮੈਸੀ। ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੀ, ਬੈਲ ਆਇਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਈਂ ਵੀਡੀਓ ਤੁਹਾਡੇ ਤੱਕ ਪਹੁੰਚੇ। ਮੇਰਾ ਦਿਲ ਦੇ ਟੋਟੇ ਟਰੈਕਟਰ ਆਪਣਾ ਹੋ ਗਿਆ ਰੈਡੀ, ਮਾਸ਼ਾਅੱਲਾ ਸਰਵਿਸ ਹੋ ਗਿਆ ਜੀ। ਇਹ ਹੁਣ ਛੱਡ ਕੇ ਮੈਂ ਲੈ ਕੇ ਆਉਣਾ ਮੈਸੀ ਪ੍ਰਗੋਸ਼ਨ, ਫਿਰ ਤੁਹਾਡੇ ਨਾਲ ਰਾਬਤਾ ਕਰਦੇ ਪਏ ਹਾਂ। ਆਪਾਂ ਲੈਣ ਦਾ ਮੈਸੀ ਪ੍ਰਗੋਸ਼ਨ, ਇਹਦੀ ਸਰਵਿਸ ਕਰਨ ਲੱਗੇ ਹਾਂ। ਸਰਵਿਸ ਕਰਾ ਕੇ ਫਿਰ ਤੁਹਾਨੂੰ ਫਰੈਸ਼ ਦੀ ਵੀਡੀਓ ਚੈੱਕ ਕਰਵਾਉਂਦੇ। ਫਿਲਹਾਲ ਤੁਸੀਂ ਇਹਦੀ ਕੰਡੀਸ਼ਨ ਵੇਖ ਸਕਦੇ ਹੋ, ਸਰਵਿਸ ਤੋਂ ਬਾਅਦ ਵੀ ਤੁਹਾਨੂੰ ਕੰਡੀਸ਼ਨ ਦਿਖਾਈ ਜਾਏਗੀ। ਹੁਣ ਤਾਂ ਡਸ ਪਈ ਆ ਵਾਵਾ ਸਾਰੀ।
ਇਹ ਮੇਰੇ ਦਿਲ ਦੇ ਟੋਟੇ ਆਪਾਂ ਜਾ ਰਹੇ ਹਾਂ ਬਖਸ਼ਣ ਖਾਨ। ਕੱਲ੍ਹ ਸਟਾਈਆਂ ਸੀਗੀਆਂ ਉੱਥੇ ਟਾਈਲਾਂ, ਕੱਲ੍ਹ ਨੂੰ ਆਉਣਾ ਮਿਸਤਰੀ, ਅੱਜ ਮੈਂ ਟਾਈਲਾਂ ਜਾ ਰਿਹਾ ਸੀ ਤਰਾਈ ਕਰਨ ਵਾਸਤੇ, ਪੈਂਪ ਲਿਜਾ ਰਹੇ ਹਾਂ ਇੱਥੋਂ ਅਤੇ ਉੱਥੇ ਕਰਨੀ ਆ ਤਰਾਈ। ਮੈਂ ਕਿਹਾ ਦੋਸਤਾਂ ਨਾਲ ਸ਼ੇਅਰ ਕਰੀ ਕੱਲ੍ਹ ਵਾਲੇ ਵਲੌਗ ਦੇ ਵਿੱਚ, ਤਰਾਈ ਦੀ ਤੁਹਾਨੂੰ ਖਬਰ ਨਹੀਂ ਦਿੱਤੀ ਗਈ, ਅੱਜ ਮੈਂ ਕਿਹਾ ਦੋਸਤਾਂ ਨੂੰ ਖਬਰ ਦੇਈਏ। ਸਾਰੀ ਪਲੇਟਾਂ ਬਾਹਰ ਕੱਢ ਕੇ ਇਹਨਾਂ ਨੂੰ ਧੋਤਾ ਗਿਆ ਜੀ, ਫਰੈਸ਼ ਵਾਸ਼ ਕਰਕੇ, ਅਤੇ ਇਹਨਾਂ ਨੂੰ ਸੁਬਾਹ ਉੱਤੇ ਉਹ ਕੰਪਾਊਂਡ ਜਿਹਾ ਇੱਕ ਮਿਲਦਾ ਵਾ ਉਹ ਪਾਉਣਾ ਵਾ ਇਹਦੀ ਦਰਜ਼ਾਂ ਦੇ ਵਿੱਚ ਪਾ ਕੇ, ਅਤੇ ਫਿਰ ਇਨਸ਼ਾਅੱਲਾ ਇਹਨਾਂ ਦੇ ਕਰੰਟ ਚੈੱਕ ਕਰਕੇ, ਅਤੇ ਟਾਇਲ ਵੀ ਨਾਲ ਤਰਾਈ ਹੋ ਰਹੀ ਆ, ਕੱਲ੍ਹ ਨੂੰ ਮਿਸਤਰੀ ਲੱਗਣਗੇ, ਡਬਲ ਟਾਇਲ ਹੋ ਜਾਊਗੀ, ਫਿਰ ਆਪਾਂ ਫਰੇਮ ਨੂੰ ਫਿੱਟ ਕਰਾਂਗੇ ਇਨਸ਼ਾਅੱਲਾ। ਮੁਕੰਮਲ ਵੀਡੀਓ ਤੁਹਾਨੂੰ ਦਿਖਾਈ ਜਾਏਗੀ।